कि ਜਿਹੜੀ ਉਹ ਕਹਿੰਦੇ ਨੇ 1.5 ਸਾਲ ਦੇ ਵਿੱਚ 37000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਤੇ 28000 ਦੇ ਕਰੀਬ ਕੱਚੇ ਮੁਲਾਜ਼ਮ ਪੱਕੇ ਕੀਤੇ ਤਾਂ ਮਾਨ ਸਾਹਿਬ ਜਿਹੜੇ ਸੰਗਰੂਪ ਦੇ ਵਿੱਚ ਜਾ ਕੇ ਡਾਂਗਾ ਖਾ ਰਹੇ ਨੇ ਉਹ ਕੌਣ ਨੇ 700 ਮੁਹੱਲਾ ਕਲੀਨਿਕ ਤਾਂ ਚੱਲ ਰਿਹਾ ਪਰ ਕਿਹੜੇ ਸਾਰੇ ਪੈਰਾਸੀਟਾਮੋਲ ਦੇ ਸਹਾਰੇ 700 ਮੁਹੱਲਾ ਕਲੀਨਿਕਾਂ ਦੇ ਵਿੱਚੋਂ 40 ਦਾ ਹਾਲੇ ਹੈ ਕਿ ਉੱਥੇ ਬਿਜਲੀ ਹੈ ਨਹੀਂਗੀ ਭ੍ਰਿਸ਼ਟ 400 ਦੇ ਕਰੀਬ ਭ੍ਰਿਸ਼ਟ ਲੋਕਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਹੈ ਠੀਕ ਹੈ ਬ੍ਰੇਸ ਲੋਕਾਂ ਦੇ ਖਿਲਾਫ ਕਾਰਵਾਈ ਹੋਈ ਹੋਣੀ ਹੈ ਪਰ ਸਿੰਗਲੇ ਤੇ ਕੀ ਕਾਰਵਾਈ ਕੀਤੀ ਅਸਰੇ ਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰਿਵਿਊ ਐਸਏ ਦੇ ਨਾਲ ਤੇ ਪ੍ਰੋਗਰਾਮ ਫੈਕਟ ਚੈੱਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਭਗਵੰਤ ਮਾਨ ਦੀਆਂ ਗਰੰਟੀਆਂ ਦੇ ਬਾਰੇ ਕੇਜਰੀਵਾਲ ਦੀਆਂ ਗਰੰਟੀਆਂ ਦੇ ਬਾਰੇ ਜਿਹੜੀਆਂ ਉਹ ਅੱਜਕੱਲ ਮੱਧ ਪ੍ਰਦੇਸ਼ ਦੇ ਵਿੱਚ ਦੇ ਰਹੇ ਨੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਚੋਣ ਰੈਲੀ ਦੇ ਦਰਮਿਆਨ ਭਗਵੰਤ ਮਾਨ ਦਾਵਾ ਕਰਦੇ ਨੇ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਨੇ ਸਾਰੀਆਂ ਗਰੰਟੀਆਂ ਦੇ ਦਿੱਤੀਆਂ ਨੇ ਤੇ ਪੰਜਾਬ ਦੇ ਵਿੱਚ ਬੜੇ ਸ਼ਾਨੋ ਸ਼ੌਕ ਦੇ ਨਾਲ ਉਹਨਾਂ ਦੀ ਜਿਹੜੀ ਸਰਕਾਰ ਆ ਉਹ ਚੱਲ ਰਹੀ ਹੈ ਉਹ ਜਿਹੜੀਆਂ ਗਰੰਟੀਆਂ ਦੀ ਗੱਲ ਕਰਦੇ ਨੇ ਉਹਨਾਂ ਗਰੰਟੀਆਂ ਦੇ ਵਿੱਚੋਂ ਹੀ ਆਪਾਂ ਕੋਈ ਸਵਾਲ ਪੁੱਛਾਂਗੇ ਉਹਨਾਂ ਗਰੰਟੀਆਂ ਨੂੰ ਵੀ ਸ਼ੋਵਾਂਗੇ ਜਿਨ੍ਹਾਂ ਨੇ ਸਰਕਾਰ ਨੂੰ ਹੁਣੇ ਤੱਕ ਸ਼ੋਇਆ ਨਹੀਂ ਹੈ ਮਤਲਬ ਪੰਜਾਬੀਆਂ ਨੂੰ ਗਰੰਟੀ ਦਿੱਤੀਦਾ ਸੀ ਕਿ ਆ ਤੇ ਪਰ ਉਹ ਪੂਰੀ ਨਹੀਂ ਹੋਈ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀਗਾ ਤੇ ਉਦੋਂ ਕੇਜਰੀਵਾਲੇ ਗੱਲ ਆਮ ਕਹਿੰਦੇ ਹੁੰਦੇ ਸੀਗੇ ਕਿ ਕੇਜਰੀਵਾਲ ਦੀ ਗਰੰਟੀ ਹੈ ਕੇਜਰੀਵਾਲ ਦੀ ਗਰੰਟੀ ਕੀ ਹੈ ਕਿ ਕੇਜਰੀਵਾਲ ਪੰਜਾਬ ਨੂੰ ਚਲਾਉਣਗੇ ਇਹਦਾ ਮਤਲਬ ਇਹ ਕੱਢਾ ਜਾਵੇ ਕਿ ਤੁਸੀਂ ਪਹਿਲਾਂ ਹੀ ਤੈਅ ਸੀਗਾ ਕਿ ਤੁਸੀਂ ਦਿੱਲੀ ਤੋਂ ਪੰਜਾਬ ਦੀ ਸਰਕਾਰ ਚਲਾਓਗੇ ਕੇਜਰੀਵਾਲ ਕੌਣ ਹੈ ਗਰੰਟੀ ਦੇਣ ਵਾਲਾ ਖਜ਼ਾਨਾ ਪੰਜਾਬ ਦਾ ਕਮਾਉਣਾ ਖਰਚਣਾ ਲੋਕਾਂ ਨੇ ਹਿਸਾਬ ਦੇਣਾ ਸਰਕਾਰ ਨੇ ਫਿਰ ਕੇਜਰੀਵਾਲ ਦੀ ਗਰੰਟੀ ਕਿੱਧਰ ਆ ਗਈ ਫਿਰ ਤਾਂ ਸਾਨੂੰ ਕੱਲ ਨੂੰ ਇਹ ਵੀ ਮੰਨਣਾ ਪਊਗਾ ਕਿ ਜੇਕਰ ਭਾਜਪਾ ਲਹਿਣ ਲੱਗੇ ਕਿ ਮੋਦੀ ਦੀ ਗਰੰਟੀ ਹੈ ਜਾ ਕਾਲੀ ਭਾਜਪਾ ਗੱਠਜੋੜ ਹੋਣ ਲੱਗਿਆ ਉਹ ਕਹਿਣਗੇ ਕਿ ਨਹੀਂ મોદી ਦੀ ਗਰੰਟੀ ਹੈ ਕਾਂਗਰਸ ਵਾਲੇ ਕਹਿਣ ਲੱਗ ਪੈਣਗੇ ਸੋਨੀਏ ਗਾਂਧੀ ਦੀ ਗਰੰਟੀ ਹੈ ਰਾਹੁਲ ਗਾਂਧੀ ਦੀ ਗਰੰਟੀ ਹੈ ਸੋ ਫਿਰ ਸਾਡਾ ਜਿਹੜੀ ਪੰਜਾਬ ਦੀ ਆਪ ਦੀ ਹੈਸੀਅਤ ਹੈ ਜਿਹੜੀ ਸਾਡੀ ਆਪ ਦਾ ਇੱਕ ਵजूद ਆ ਉਹ ਕਿੱਥੇ ਹੈ ਪੰਜਾਬੀ ਆਗੂਆਂ ਦਾ ਵजूद ਕਿੱਥੇ ਹੈ ਸੋ ਇਹ ਕੇਜਰੀਵਾਲ ਦੀ ਗਰੰਟੀ ਸ਼ਬਦੀ ਗਲਤ ਸੀਗਾ ਇਹਨੂੰ ਉਦੋਂ ਹੀ ਕੰਟਰੈਡਿਕਟ ਕਰਨ ਦੀ ਲੋੜ ਸੀ ਇਹਨੂੰ ਉਦੋਂ ਹੀ ਇਹ ਤੇ ਬਹਿਸ ਕਰਨ ਦੀ ਲੋੜ ਸੀ ਖੈਰ ਉਹ ਵੇਲਾ ਲੰਘ ਗਿਆ ਭਗਵੰਤ ਮਾਨ ਕੀ ਕਹਿ ਰਹੇ ਨੇ ਉਹਦੇ ਤੇ ਆਉਣੇ ਆਪਾਂ ਮੱਧ ਪ੍ਰਦੇਸ਼ ਦੇ ਚੁਰਹਟ ਦੇ ਵਿੱਚ ਇੱਕ ਚੋਣ ਰੈਲੀ ਕਰ ਰਹੇ ਸਨ ਭਗਵੰਤ ਮਾਨ ਉਹਨੂੰ ਸੰਬੋਧਨ ਕਰ ਰਹੇ ਸਨ ਕਿਉਂਕਿ ਪੰਜਾਂ ਰਾਜਾਂ ਦੇ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਤੇ ਆਮ ਆਦਮੀ ਪਾਰਟੀ ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਤੇ ਉਹ ਕਹਿੰਦੇ ਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਬਦਲਾਅ ਆਉਣਾ ਚਾਹੀਦਾ ਤੇ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਉਹ ਕਹਿੰਦੇ ਕਿ ਅਸੀਂ ਭਾਜਪਾਈਆਂ ਵਾਂਗੂ ਜੁਗਮਲੇ ਨਹੀਂ ਸੁਣਾਉਂਦੇ ਸਾਡੀ ਸਰਕਾਰ ਸਾਡੀ ਪਾਰਟੀ ਜੋ ਆਪ ਪਾਰਟੀ ਜੋ ਗਰੰਟੀ ਦਿੰਦੀ ਹੈ ਉਹਨੂੰ ਪੂਰਾ ਕਰਦੀ ਹੈ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਤੇ ਦਿੱਲੀ ਦੇ ਵਿੱਚ ਅਸੀਂ ਕਰਕੇ ਵਿਖਾਇਆ ਉਹ ਅਸੀਂ ਕਿਆ ਹੱਤਿਓ ਕਰਕੇ ਵਿਖਾਇਆ ਪੰਜਾਬ ਦੇ ਵਿੱਚ 1.5 ਸਾਲ ਦੇ ਵਿੱਚ 37000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ 2800 ਦੇ 28000 ਦੇ ਕਰੀਬ ਕੱਚੇ ਮੁਲਾਜ਼ਮ ਪੱਕੇ ਕੀਤੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ 300 ਯੂਨਟ ਬਿਜਲੀ ਮੁਫਤ ਦਿੱਤੀ ਜਿਸ ਦੇ ਕਰਕੇ ਪੰਜਾਬ ਦੇ 90% ਤੋਂ ਵੱਧ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਇਸੇ ਤਰ੍ਹਾਂ ਕਹਿੰਦੇ ਕਿ ਡੇਢ ਡੇਢ ਸਾਲ ਦੇ ਵਿੱਚ ਅਸੀਂ 700 ਮੋਹੱਲਾ ਕਲੀਨਿਕ ਖੋਲੇ ਆ ਜਿਨ੍ਹਾਂ ਦੇ ਵਿੱਚ ਹਰ ਤਰ੍ਹਾਂ ਦੇ ਟੈਸਟ ਤੇ ਦਵਾਈਆਂ ਮੁਫਤ ਨੇ ਇਹਨਾਂ ਦੇ ਵਿੱਚ ਹੁਣ ਤੱਕ ਕਰੀਬ 60 ਲੱਖ ਲੋਕ ਮੁਫਤ ਇਲਾਜ ਕਰਵਾ ਚੁੱਕੇ ਆ ਉਹਨਾਂ ਕਿਹਾ ਕਿ ਆਪ ਨੇ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਜੜੋਂ ਖਤਮ ਕਰ ਦਿੱਤਾ ਹੈ ਡੇਢ ਸਾਲ ਦੇ ਵਿੱਚ 400 ਦੇ ਕਰੀਬ ਭ੍ਰਿਸ਼ਟ ਲੋਕਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ ਇਹ ਭਗਵੰਤ ਮਾਨ ਦੇ ਦਾਅਵੇ ਕੀਤੇ ਨੇ ਹੁਣ ਜਿਹੜੀ ਹਕੀਕਤ ਆ ਉਹ ਵੀ ਸੁਣ ਲੋ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਉਹ ਕਹਿੰਦੇ ਨੇ 1.5 ਸਾਲ ਦੇ ਵਿੱਚ 37000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਤੇ 28000 ਦੇ ਕਰੀਬ ਕੱਚੇ ਮੁਲਾਜ਼ਮ ਪੱਕੇ ਕੀਤੇ ਤਾਂ ਮਾਨ ਸਾਹਿਬ ਜਿਹੜੇ ਸੰਗਰੂਪ ਦੇ ਵਿੱਚ ਜਾ ਕੇ ਡਾਂਗਾਂ ਖਾ ਰਹੇ ਨੇ ਉਹ ਕੌਣ ਨੇ 1.5 ਸਾਲ ਦੇ ਵਿੱਚ ਤੁਸੀਂ 37000 ਤਾਂ ਪੱਕੇ ਕਰਤੇ ਪਰ ਤੁਸੀਂ ਤਾਂ ਬਹੁਤ ਲੱਖਾਂ ਨੌਕਰੀਆਂ ਪੈਦਾ ਕਰਨ ਦਾ ਦਾਵਾ ਕਰਕੇ ਆਏ ਸੀਗੇ ਉਸ ਦਾਵੇ ਦਾ ਕੀ ਬਣਿਆ ਅਗਲੀ ਗੱਲ ਜਿਹੜੀ ਤੁਸੀਂ 300 ਯੂਨਟ ਬਿਜਲੀ ਦੀ ਕਰਦੇ ਹੋ ਇਹ ਬਿਲਕੁਲ ਸਹੀ ਹੈ ਪਰ ਬੀਬੀਆਂ ਵਾਲਾ 1000 ਰੁਪਏ ਕਿੱਥੇ ਗਿਆ ਕਿ ਉਹ ਗਾਰੰਟੀ ਤੁਸੀਂ ਪੂਰੀ ਕੀਤੀ ਔਰ ਤੀਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਬਿਜਲੀ 700 ਮਹੱਲਾ ਕਲੀਨਿਕ 700 ਮਹੱਲਾ ਕਲੀਨਿਕ ਤਾਂ ਚੱਲ ਰਿਹਾ ਪਰ ਕਿਹੜੇ ਸਾਰੇ ਪੈਰਾਸੀਟਾਮੋਲ ਦੇ ਸਹਾਰੇ 700 ਮਹੱਲਾ ਕਲੀਨਿਕਾਂ ਦੇ ਵਿੱਚੋਂ 40 ਦਾ ਹਾਲੇ ਹੈ ਕਿ ਉੱਥੇ ਬਿਜਲੀ ਹੈ ਨਹੀਂਗੀ ਔਰ ਤੁਸੀਂ ਪੰਜਾਬ ਦੇ ਵਿੱਚ 117 ਕੰਸਟੀਟੂਐਂਸੀਜ਼ ਨੇ ਔਰ ਇਹਨਾਂ ਦੇ ਵਿੱਚ 700 ਖੋਲ ਕੇ ਤੁਸੀਂ ਮੁਹੱਲਾ ਕਲੀਨਿਕ ਦਾ ਨਾਂ ਕਿਵੇਂ ਦਿੱਤਾ ਔਰ ਤਿੰਨ ਟ੍ਰੋਮਾ ਸੈਂਟਰ ਹੈ ਜਿਹਨੇ ਜਿੱਥੇ ਕੋਈ ਸਟਾਫ ਹੈ ਨਹੀਂਗਾ ਔਰ ਆਲਮੇ ਹੈ ਕਿ ਪੰਜਾਬ ਦੇ ਸਿਵਲ ਹਸਪਤਾਲਾਂ ਦੇ ਵਿੱਚ ਡਾਕਟਰ ਚੱਕ ਕੇ ਆਪਣੀਆਂ ਜਿਹੜੀਆਂ ਸਰਕਾਰੀ ਸਕੀਮਾਂ ਦੀ ਜਿਹੜਾ ਢੰਡੋਰਾ ਪਿੱਟਿਆ ਉਹਨੂੰ ਪੂਰਾ ਕੰਦ ਲਈ ਯਤਨ ਕੀਤੇ ਜਾ ਰਹੇ ਨੇ ਸਿਵਲ ਹਸਪਤਾਲਾਂ ਦੇ ਵਿੱਚ ਸਟਾਫ ਦੀ ਬੇਹੱਦ ਕਮੀ ਹੈ ਮਾਹਰ ਡਾਕਟਰਾਂ ਦੀ ਕਮੀ ਹੈ ਇਹ ਕਦੋਂ ਤੁਸੀਂ ਗਾਰੰਟੀ ਪੂਰੀ ਕਰੋਗੇ ਲੋਕਾਂ ਨੂੰ ਉਹ ਵੀ ਜ਼ਰੂਰ ਦੱਸ ਦਿਓ ਜਿਹੜੀ ਤੁਸੀਂ ਅਗਲੀ ਗੱਲ ਕਰਦੇ ਹੋ ਕਿ ਪੰਜਾਬ ਦੇ ਵਿੱਚ ਪ੍ਰੈਸਟ 400 ਦੇ ਕਰੀਬ ਪ੍ਰੈਸਟ ਲੋਕਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਠੀਕ ਹੈ ਪ੍ਰੈਸਟ ਲੋਕਾਂ ਦੇ ਖਿਲਾਫ ਕਾਰਵਾਈ ਹੋਈ ਹੋਣੀ ਹੈ ਪਰ ਸਿੰਗਲੇ ਤੇ ਕੀ ਕਾਰਵਾਈ ਕੀਤੀ ਸਿੰਗਲਾ ਤਾਂ ਤੁਹਾਡਾ ਹੀ ਮੰਤਰੀ ਸੀ ਨਾ ਤੁਸੀਂ ਕਿਹਾ ਸੀ ਅਸੀਂ ਨਹੀਂ ਕਹਿ ਰਹੇ ਤੁਸੀਂ ਹੀ ਕਿਹਾ ਸੀਗਾ ਕਿ ਇਹਨੇ ਕਮਿਸ਼ਨ ਦੀ ਗੱਲ ਕੀਤੀ ਹੈ ਉਹ ਫਿਰਦੇ ਨੇ ਸਿੰਗਲਾ ਸਾਹਿਬ ਫੌਜਾ ਸਿੰਘ ਸਰਾਰੀ ਤੇ ਕੀ ਕਾਰਵਾਈ ਕੀਤੀ ਫੌਜਾ ਸਿੰਘ ਸਰਾਰੀ ਤੇ ਦੋਸ਼ ਲੱਗੇ ਸਨ ਨਾ ਇਸ ਤਰ੍ਹਾਂ ਦੀ ਮੰਗ ਕਰਨ ਦੇ ਵਿੱਚੋਂ ਹਿੱਸੇਪਤੀ ਲਾਲ ਚੰਦ ਕਟਾਰੂਚਾ ਚੱਕ ਤੇ ਕੀ ਕਾਰਵਾਈ ਕੀਤੀ 92 ਕਿੱਲੇ ਵਾਲਾ ਮਾਮਲਾ ਕਿੱਧਰ ਗਿਆ ਉੱਥੇ ਵੀ ਕਾਰਵਾਈ ਕਰਦੇ ਵਿਕਰਮ ਮਜੀਠੀਆ ਵੀਡੀਓ ਪਾ ਕੇ ਕਹਿ ਰਹੇ ਨੇ ਕਿ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਹਰਜੋਤ ਬੈਂਸ ਦਾ ਨਾਮ ਲੈ ਰਹੇ ਨੇ ਉਹ ਤੁਹਾਡੇ ਮੰਤਰੀ ਦਾ ਉੱਥੇ ਕੀ ਕਾਰਵਾਈ ਕੀਤੀ ਸੋ ਇਹ ਵੀ ਦੱਸੋ ਨਾ ਕਿ ਜਿਹੜੀਆਂ ਤੁਸੀਂ ਆ ਪਿੱਛੇ ਜੇ ਤਰਨ ਤਾਰਨ ਦਾ ਐਸਐਸਪੀ ਬਦਲਤਾ ਤੁਸੀਂ ਮਨਜਿੰਦਰ ਸਿੰਘ ਲਾਲਪੁਰੇ ਦੇ ਜੀਜੇ ਤੇ ਦੋਸ਼ ਲਾਗੇ ਸਨ ਕਿ ਉਹ ਮਾਈਨਿੰਗ ਕਰ ਰਿਹਾ ਹੁਣ ਭ੍ਰਸ਼ਟ ਲੋਕਾਂ ਤੇ ਕਾਰਵਾਈ ਕਰਨੀ ਸੀ ਨਾ ਤੁਸੀਂ ਮਾਈਨਿੰਗ ਦੀ ਗੱਲ ਤੁਸੀਂ ਕਰਦੇ ਸੀ ਨਾ ਤੇ ਉੱਥੇ ਕਾਰਵਾਈ ਤੁਸੀਂ ਐਸਐਸਪੀ ਤੇ ਕਰਤੀ ਬਦਲਿਆ ਕੀ ਹੈ ਤੁਸੀਂ ਕਹਿੰਦੇ ਹੋ ਕਿ 400 ਲੋਕਾਂ ਤੇ ਤੁਸੀਂ ਕਾਰਵਾਈ ਕਰਕੇ ਜੇਲ੍ਹ ਭੇਜਿਆ ਵਾ ਪਰ ਜਿਹੜੇ ਆਪਣੇ ਨੇ ਜਿਹੜੇ ਉਹਨਾਂ ਤੇ ਕਾਰਵਾਈ ਕਦੋਂ ਕਰੋਗੇ ਉਹਨਾਂ ਦੇ ਮਾਮਲੇ ਤੇ ਜਿਹੜੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ਉੱਥੇ ਕੀ ਕਰੋਗੇ ਔਰ ਦੂਜੀ ਗੱਲ ਇਹ ਹੈ ਕਿ ਔਰਤਾਂ ਨੂੰ 1000 ਰੁਪਏ ਦੇਣ ਦੀ ਗਰੰਟੀ ਕਿੱਥੇ ਕੀਤੀ ਗਈ ਤੁਸੀਂ ਤਾਂ ਕਹਿੰਦੇ ਹੋ ਕਿ ਵੀਆਈਪੀ ਕਲਚਰ ਖਤਮ ਕਰਨਾ ਸੀਗਾ ਕੀ ਹੋਇਆ ਖਤਮ ਹੋਇਆ ਵੀਆਈਪੀ ਕਲਚਰ ਅੱਜ ਤੁਹਾਡੇ ਨਾਲ ਕਾਫਲੇ ਦੇ ਕਾਫਲੇ ਫਿਰਦੇ ਆ ਪੰਜਾਬ ਦੀਆਂ ਕੋਠੀਆਂ ਦੇ ਵਿੱਚੋਂ ਹਰਿਆਣੇ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਅਸੀਂ ਪਾਣੀ ਦੀ ਬੂੰਦ ਬੂੰਦ ਰਹਿਣ ਨਹੀਂ ਦੇਣੀ ਇਹ ਕਹਿ ਰਿਹਾ ਅਸੀਂ ਜਾਣ ਨਹੀਂ ਦੇਣੀ ਉਹ ਪੰਜਾਬ ਦੀਆਂ ਕੋਠੀਆਂ ਦੇ ਵਿੱਚੋਂ ਬਹਿ ਕੇ ਕਹਿ ਰਿਹਾ ਕਿ ਅਸੀਂ ਰਹਿਣ ਨਹੀਂ ਦੇਣੀ ਇੱਥੇ ਅਸੀਂ ਲਿਜਾ ਕੇ ਰਾਂਗੇ ਉੱਥੇ ਕੀ ਕਰ ਰਹੇ ਹੋ ਉੱਥੇ ਤੁਹਾਡੀਆਂ ਗਾਰੰਟੀਆਂ ਕਿੱਥੇ ਆ ਤੁਸੀਂ ਕਹਿੰਦੇ ਸੀ ਰੇਤੇ ਦੇ ਵਿੱਚੋਂ 1900 ਕਰੋੜ ਆਉਣਗੇ 1900 ਕਰੋੜ ਇਧਰੋਂ ਆ ਜਾਣਗੇ ਕੇਜਰੀਵਾਲ ਤੇ ਮਾਨ ਸਾਹਿਬ ਇਕੱਠੇ ਇੰਟਰਵਿਊ ਦਿੰਦੇ ਹੁੰਦੇ ਸੀਗੇ ਉਹ ਕਿੱਥੇ ਆ 50000 ਕਰੋੜ ਰੁਪਈਆ ਤੁਸੀਂ ਪੰਜਾਬ ਦਾ ਕਰਜ਼ਾ ਚੱਕ ਲਿਆ 1.5 ਸਾਲ ਦੇ ਵਿੱਚ ਤੁਸੀਂ ਤਾਂ ਪਿਛਲੇ ਨੂੰ ਭੜਦੇ ਹੁੰਦੇ ਸੀਗੇ ਕਿ ਉਹਨਾਂ ਨੇ ਕਰਜ਼ਾ ਚੜਾਇਆ ਵਾ ਉਹ ਕਿੱਥੇ ਜਿਹੜਾ ਤੁਸੀਂ ਲਾਇਆ ਵਾ ਔਰ ਤੁਸੀਂ ਵੀ ਉਹਨਾਂ ਨੂੰ ਕਹਿਣ ਸੀਗੇ ਕਿ ਕਰਜ਼ਾ ਚਾਕੇ ਕਰਜ਼ੇ ਦਾ ਵਿਆਜ ਲਾ ਰਹੇ ਆ ਤੇ ਤੁਸੀਂ ਖੁਦ ਕੀ ਮੰਨ ਰਹੇ ਹੋ ਕਿ ਅਸੀਂ ਕਰਜ਼ਾ ਚਾਕੇ ਕਰਜ਼ੇ ਦਾ ਵਿਆਜ ਮੋੜ ਰਹੇ ਆ ਫਿਰ ਤੁਹਾਡੀ ਕਾਰਗੁਜ਼ਾਰੀ ਕਿੱਥੇ ਆ 1.5 ਸਾਲ ਦੇ ਵਿੱਚ 50000 ਕੋਲ ਰੁਪਈਆ ਦਾ ਕਰਜ਼ਾ ਚੜਿਆ ਵਾ ਸੋ ਤੁਸੀਂ ਲੋਕਾਂ ਨੂੰ ਬੁੱਧੂ ਬਣਾਇਆ ਹੋਇਆ ਤੁਸੀਂ ਲੋਕਾਂ ਨੂੰ ਮੂਰਖ ਸਮਝਦੇ ਹੋ ਕਿ ਅਸੀਂ ਜੋ ਸਟੇਜਾਂ ਤੋਂ ਕਹਿਤਾ ਜੋ ਰੈਲੀਆਂ ਦੇ ਵਿੱਚੋਂ ਕਹਿਤਾ ਜੋ ਪ੍ਰੈਸ ਕਾਨਫਰੰਸਾਂ ਦੇ ਵਿੱਚੋਂ ਕਹਤੇ ਇਹਨਾਂ ਨੇ ਸੱਚ ਮੰਨ ਲੈਣਾ ਵਾ ਲੋਕ ਪਾਗਲ ਨਹੀਂ ਹੈ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਤੁਸੀਂ S.Y.L ਦੇ ਮਾਮਲੇ ਤੇ ਸੁਖਪਾਲ ਖਹਿਰਾ ਦੇ ਮਾਮਲੇ ਤੇ ਦਿੱਲੀੋਂ ਵਕੀਲ ਲਿਆ ਰਹੇ ਹੋ ਪਰ ਐਸਵਾਈਐਲ ਮਾਮਲੇ ਤੇ ਤੁਹਾਡੀ ਆਪ ਦੀ ਜਿਹੜੀ ਟੀਮ ਹੈ ਉਹ ਪੱਖ ਨਹੀਂ ਰੱਖ ਰਹੀ ਲੋਕਾਂ ਨੂੰ ਇਹ ਪਤਾ ਲੱਗ ਰਿਹਾ ਵਾ ਲੋਕਾਂ ਨੂੰ ਇਹ ਵੀ ਪਤਾ ਲੱਗ ਰਿਹਾ ਕਿ ਤੁਹਾਡੇ ਜਿਹੜੇ ਵਿਧਾਇਕ ਨੇ ਕੋਠੀਆਂ ਨੱਪਣ ਵਾਲੇ ਮਾਇਨੀ ਕਰਾਉਣ ਵਾਲੇ ਉਹ ਕਿਹੜੇ ਨੇ ਲੋਕਾਂ ਨੂੰ ਇਹ ਵੀ ਪਤਾ ਲੱਗ ਰਿਹਾ ਕਿ ਤੁਸੀਂ ਆਪਣੇ ਬੰਦਿਆਂ ਤੇ ਕਾਰਵਾਈਆਂ ਅਕਾਲੀਆਂ ਕਾਂਗਰਸੀਆਂ ਵਾਂਗੂ ਕਰਵਾਉਣ ਦੀ ਬਜਾਏ ਤੁਸੀਂ ਆਪਣੇ ਬੰਦਿਆਂ ਤੇ ਕਾਰਵਾਈਆਂ ਕਰਨ ਦੀ ਬਜਾਏ ਐਸਐਸਪੀ ਚੱਕ ਕੇ ਬਦਲ ਦਿੰਨੇ ਹੋ ਸੋ ਲੋਕਾਂ ਦੇ ਸਾਹਮਣੇ ਹੋ ਰਿਹਾ ਵਾ ਅਸਲ ਦੇ ਵਿੱਚ ਗਰੰਟੀਆਂ ਕਰਨਾ ਗਰੰਟੀਆਂ ਦੇਣਾ ਸਰਕਾਰਾਂ ਦੇ ਫਰਜ਼ ਹੁੰਦੇ ਆ ਔਰ ਇਹ ਕਰਕੇ ਤੁਸੀਂ ਪੰਜਾਬੀਆਂ ਨੂੰ 300 ਯੂਨਿਟ ਬਿਜਲੀ ਦੇ ਕੇ ਤੁਸੀਂ ਐਸਾਨ ਨਹੀਂ ਕਰ ਰਹੇ ਹੋ ਤੁਸੀਂ ਇਹ ਤੁਹਾਡੇ ਚੋਣ ਵਾਅਦੇ ਦੇ ਵਿੱਚ ਸੀਗਾ ਔਰ ਇਹਦਾ ਜਿਹੜਾ ਖਜ਼ਾਨੇ ਨੂੰ ਨੁਕਸਾਨ ਹੋ ਰਿਹਾ ਵਾ ਜਾਂ ਪਾਵਰ ਕਾਮ ਨੂੰ ਜਿਹੜੀ ਸਬਸਿਡੀ ਦੇ ਰੂਪ ਦੇ ਵਿੱਚ 20000 ਕਰੋੜ ਰੁਪਏ ਚਾਹੀਦਾ ਉਹ ਕਿੱਥੋਂ ਲਿਆਉਂਗੇ ਕਿਵੇਂ ਪੈਦਾ ਕਰੂਗੇ ਇਹ ਵੀ ਪੰਜਾਬੀਆਂ ਨੂੰ ਦੱਸੋ ਵੋਟ ਬੈਂਕ ਦੀ ਰਾਜਨੀਤੀ ਤੇ ਕਰ ਲਈ 300 ਯੂਨਿਟ ਬਿਜਲੀ ਦੇ ਕੇ ਸਾਰੇ ਸਵਾਲ ਨੇ ਜਿਨ੍ਹਾਂ ਨੂੰ ਐਡਰੈਸ ਕਰਨ ਦੀ ਲੋੜ ਹੈ ਫੈਕਟ ਚੈੱਕ ਦੀ ਇਸ ਖਰੀ ਕੜੀ ਦੇ ਵਿੱਚ ਜਿਹੜੇ ਸਾਰੀਆਂ ਗਰੰਟੀਆਂ ਪੂਰੀਆਂ ਕਰਨ ਦਾ ਜਿਹੜਾ ਦਾਵਾ ਮਾਨਸਾਹਬ ਕਰਦੇ ਨੇ ਉਹ ਦਾਵਾ ਹਾਲੇ ਕੱਚਾ ਹੈ ਬਹੁਤ ਸਾਰੀਆਂ ਗਰੰਟੀਆਂ ਨੂੰ ਪੂਰੀਆਂ ਕਰਨ ਦੀ ਲੋੜ ਹੈ ਬਹੁਤ ਸਾਰੇ ਮਸਲੇ ਐਡਰੈਸ ਕਰਨ ਦੀ ਲੋੜ ਹੈ ਔਰ ਨਸ਼ੇ ਦਾ ਸਭ ਤੋਂ ਵੱਡਾ ਮਸਲਾ ਨਸ਼ੇ ਦੇ ਮਾਮਲੇ ਤੁਸੀਂ ਕੀ ਕੀਤਾ ਮਾਨਸਾਹ ਦੇ ਵਿੱਚ ਐਜੀਟੇਸ਼ਨ ਹੋ ਕੇ हटਿਆ ਔਰ ਤੁਸੀਂ ਕਹਿੰਦੇ ਕਿ 60 ਰਕ ਲੋਕਾਂ ਨੇ ਮੁਫਤ ਇਲਾਜ ਕਰਾਇਆ ਪਰ ਤੁਸੀਂ ਕਿੱਥੇ ਮੁਫਤ ਇਲਾਜ ਕਰਾਇਆ ਤੁਸੀਂ ਤਾਂ ਜਾ ਕੇ ਪੈ ਜਾਂਦੇ ਹੋ ਨਾ ਉੱਥੇ ਫੋਰਟਿਸ ਦੇ ਜਾਂ ਹੋਰ ਤਾਕੜੇ ਹਸਪਤਾਲਾਂ ਦੇ ਬੈੱਡ ਤੇ ਕੇਜਰੀਵਾਲ ਕਹਿ ਰਿਹਾ ਕਿ ਦਿੱਲੀ ਦੀ ਸਿਹਤ ਮਾਡਲ ਦਿੱਲੀ ਦੇ ਸਿਹਤ ਮਾਡਲ ਚ ਕੇਜਰੀਵਾਲ ਨੇ ਕਿੱਥੇ ਇਲਾਜ ਕਰਾਇਆ ਲੋਕਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਸਾਡਾ ਸਿਹਤ ਵਿਭਾਗ ਚੰਗਾ ਵਾ ਤੁਸੀਂ ਖੁਦ ਆਪ ਪ੍ਰੈਕਟੀਕਲੀ ਕੀ ਕਰਕੇ ਦਿਖਾ ਰਹੇ ਹੋ ਉਹ ਉਹ ਵੀ ਸਵਾਲ ਜਿਹੜਾ ਵਾ ਉਹ ਅਡਰੈਸ ਕਰਨ ਦੀ ਲੋੜ ਹੈ ਨਸ਼ਾ ਪੰਜਾਬ ਦੇ ਵਿੱਚ ਕਿੱਥੇ ਬੰਦ ਹੋਇਆ ਦਿੱਲੀ ਦਾ ਕਿਹੜਾ ਹਸਪਤਾਲ ਜਿੱਥੇ ਕੇਜਰੀਵਾਲ ਜਿਹੜਾ ਉਹ ਇਲਾਜ ਕਰਵਾਉਂਦੇ ਆ ਤੁਸੀਂ ਖੁਦ ਕਹਿੰਦੇ ਸੀ ਆਗੂ ਨੂੰ ਜਵਾਬ ਦੇਣਾ ਹੋਣਾ ਜਵਾਬ ਦੇ ਹੋਣਾ ਚਾਹੀਦਾ ਤੁਸੀਂ ਖੁਦ ਝੂਟਿਆਂ ਦੇ ਜਹਾਜ਼ ਦੇ ਝੂਟਿਆਂ ਦਾ ਹਿਸਾਬ ਨਹੀਂ ਦੇ ਰਹੇ ਔਰ ਪੁੱਛਿਆ ਗਿਆ ਕਿ ਖਰਚਾ ਕਿੰਨਾ ਹੈ ਤੁਸੀਂ ਕਹਿੰਦੇ ਹੋ ਕਿ ਸੀਐਮ ਸਿਕਿਉਰਿਟੀ ਦਾ ਮਾਮਲਾ ਵਾ ਸੀਐਮ ਸਿਕਿਉਰਿਟੀ ਦਾ ਮਾਮਲਾ ਕਿਵੇਂ ਹੋ ਗਿਆ ਕਿ ਉਹਨੇ ਇਹ ਪੁੱਛਿਆ ਵਾ ਕਿ ਕਿੰਨੇ ਬੰਦੇ ਗਏ ਸੀ ਸੀਐਮ ਦੇ ਨਾਲ ਕਿੰਨੇ ਵਜੇ ਸੀਐਮ ਉੱtre ਕਿੰਨੇ ਵਜੇ ਸੀਐਮ ਚੜ੍ਹੇ ਉਥੋਂ ਸੀਐਮ ਨੇ ਖਾਦਾ ਕਿ ਕਿ ਇਹ ਪੁੱਛਿਆ ਗਿਆ ਵਾ ਖਰਚਿਆਂ ਦਾ ਹਿਸਾਬ ਪੁੱਛਿਆ ਗਿਆ ਔਰ ਤੁਸੀਂ ਉਹਨੂੰ ਜੋੜ ਰਹੇ ਹੋ ਸੀਐਮ ਸਿਕਿਉਰਿਟੀ ਦੇ ਨਾਲ ਔਰ ਬੇ ਬਿਲਕੁਲ ਉਸੇ ਤਰ੍ਹਾਂ ਵਾ ਜਿਵੇਂ ਭਾਜਪਾ ਨੂੰ ਲੋਕ ਸਵਾਲ ਕਰਦੇ ਹੁੰਦੇ ਸੀਗੇ ਤੇ ਕਹਿੰਦੇ ਹੁੰਦੇ ਸੀ ਇਹ ਤਾਂ ਜੀ ਦੇਸ਼ ਵਿਰੋਧੀ ਹੈ ਇਹ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਦੀ ਸ਼ਬੀ ਨੂੰ ਜਿਹੜਾ ਉਹ ਨੁਕਸਾਨ ਪਹੁੰਚਾ ਰਿਹਾ ਸੋ ਫੈਕਟ ਚੈੱਕ ਦੀ ਇਸ ਕਸੌਟੀ ਦੇ ਵਿੱਚ ਜਿਹੜੇ ਸਾਰੀਆਂ ਗਰੰਟੀਆਂ ਪੂਰੀਆਂ ਕਰ ਦੇਣ ਵਾਲਾ ਜਿਹੜਾ ਵਾਅਦਾ ਵਾ ਉਹ ਖਰਾ ਨਹੀਂ ਉਤਰਦਾ ਇਹਨਾਂ ਗਰੰਟੀਆਂ ਦੀ ਢੰਡੋਰਾ ਪੀਟਣ ਦੇ ਨਾਲ-ਨਾਲ ਇਹਨਾਂ ਗਰੰਟੀਆਂ ਨੂੰ ਪੂਰਾ ਕਰਨਾ ਵੀ ਲਾਜ਼ਮੀ ਹੈ ਔਰ ਗਰੰਟੀਆਂ ਪੂਰਾ ਕਰਨਾ ਇੱਕ ਅਲੱਗ ਗੱਲ ਹੈ ਪੰਜਾਬ ਦੇ ਖਜ਼ਾਨੇ ਦਾ ਫਿਕਰ ਕਰਨਾ ਇੱਕ ਅਲੱਗ ਗੱਲ ਹੈ ਚੋਣ ਵਾਅਦਿਆਂ ਲਈ ਤਾਂ ਅਸੀਂ ਚੋਣ ਵਾਅਦਿਆਂ ਦੇ ਵਿੱਚੋਂ ਨਿਕਲੀਆਂ ਗਰੰਟੀਆਂ ਕਰਕੇ ਤਾਂ ਅਸੀਂ ਇੱਥੇ ਆਏ ਆ ਨਾ ਇੱਥੇ ਤੱਕ ਪਹੁੰਚੇ ਆ ਉਹਨਾਂ 97 ਤੋਂ ਬਾਅਦ ਇੱਕ ਦੌਰ ਚੱਲਿਆ ਕਿ ਵੰਡੀ ਚੱਲੋ ਲੋਕਾਂ ਨੂੰ ਵੰਡੀ ਚੱਲੋ ਹਾਲਾਂਕਿ ਲੋਕ ਭੋਲੇ ਹੁੰਦੇ ਆ ਹਾਲਾਂਕਿ ਸੱਤਾ ਹਾਸਲ ਪਾਰਟੀਆਂ ਨੇ ਕਰਨੀ ਹੈ ਵੰਡਨ ਦੇ ਮਾਮਲੇ ਦੇ ਵਿੱਚ ਪਰ ਜਿਹੜੀ ਵੰਡ ਕਰ ਰਹੇ ਹੋ ਉਹਦੀ ਪਰਭਾਈ ਕਿਵੇਂ ਹੋਊਗੀ ਇਹ ਸਵਾਲ ਅਜੇ ਤੱਕ ਕਿਸੇ ਨੇ ਨਹੀਂ ਚੁੱਕਿਆ ਅਸੀਂ ਵੀ ਕਹਨੇ ਆ ਕਿ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਵੈਲਫੇਅਰਿੰਗ ਹੋਣੀ ਚਾਹੀਦੀ ਹੈ ਪਰ ਉਸ ਵੈਲਫੇਅਰਿੰਗ ਦੇ ਲਈ ਕੀ ਤੁਸੀਂ ਇਕਨੋਮਿਕਲੀ ਸਮਰਥੋਂ ਇਹ ਵੀ ਸਵਾਲ ਅਡਰੈਸ ਹੋਣਾ ਚਾਹੀਦਾ ਲੋਕਾਂ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ ਸੱਤਾ ਹਾਸਲ ਕਰਨ ਦੇ ਲਈ ਸਾਡੇ ਨਾਲ ਵਾਅਦਾ ਤਾਂ ਕਰ ਰਹੇ ਹੋ ਪਰ ਇਹਨਾਂ ਵਾਅਦਿਆਂ ਲਈ ਪੈਸਾ ਕਿੱਥੋਂ ਲਿਆਉਂਗੇ ਤੁਸੀਂ ਤਾਂ ਹਜ਼ਾਰਾਂ ਕਰੋੜ ਰੁਪਏ ਕਹਿੰਦੇ ਸੀ ਨਾ ਪਰ ਹੁਣ 50 ਹਜ਼ਾਰ ਕੋਟ ਦਾ ਕਰਜ਼ਾ ਚੁੱਕੀ ਬੈਠੇ ਹੋ 1.5 ਸਾਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਜਲਦ ਮਿਲਾਂਗੇ ਇੱਕ ਹੋਰ ਨਵੇਂ ਫੈਕਟ ਚੈੱਕ ਪ੍ਰੋਗਰਾਮ